ਵੱਡੀ ਖਬਰ ਸੰਗਰੂਰ ਪੁਲਿਸ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗੈਂਗ ਦੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ 2 ਮੋਟਰਸਾਈਕਲ, 2 ਮਰੂਤੀ ਕਾਰ ਅਤੇ 17 ਤੋਲੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਇਹਨਾਂ ਦੋਸ਼ੀਆਂ ਵੱਲੋਂ ਕੀਤੀਆਂ ਵਾਰਦਾਤਾਂ ਦੀ ਤਫਤੀਸ਼ ਕਰਨ ਵਿੱਚ ਜੁਟ ਚੁੱਕੀ ਹੈ। ਬਸ ਸੁਨਸਾਨ ਜਗ੍ਹਾ ਦੇਖ ਕਰਕੇ ਸਾਈਡ ਮੇਂ ਕਰ ਲੈਤੇ ਸੀ, ਬਸ ਗਲਤੀ ਹੋ ਗਈ ਜੀ। ਤੁਮੇ ਕੈਸੇ ਪਤਾ ਚਲਤਾ ਥਾ ਕਿ ਕੌਨ ਸਾ ਘਰ ਖਾਲੀ ਹੈ ਕਿਸ ਮੇਂ? ਜੀ ਘੁੰਮਤੇ ਫਿਰਤੇ ਬਸ ਜੋ ਸੁਨਸਾਨ ਲਗਾ ਦਿੱਤਾ ਥਾ। ਅਭੀ ਤੱਕ ਕਿਤਨੀ ਚੋਰੀ ਕਰ ਲਈ? ਜੀ ਬਸ ਗਲਤੀ ਹੋ ਗਈ ਜਨਾਬ। ਕਰਤੇ ਕਿਉਂ ਥੇ? ਬਸ ਜੀ ਨਸ਼ੇ ਕੇ ਲਈ ਕਰਤੇ ਥੇ, ਕਿਆ ਕਰਤੇ ਥੇ? ਜੀ ਬਸ ਗਲਤੀ ਹੋ ਗਈ ਜਨਾਬ। ਨਹੀਂ ਚੋਰੀ ਕੇ ਪੈਸੇ ਕਾ ਕਿਆ ਕਰਤੇ ਤੁਮ, ਕਿਉਂ ਚੋਰੀ ਕਰਤੇ ਥੇ? ਬਸ ਜੀ ਗਾੜੀ ਗੁੜੀ ਲੈ ਲੈਤੇ ਥੇ। ਨਾਕਾਬੰਦੀ ਦੇ ਦੌਰਾਨ ਜਿਹੜੇ ਸ਼ਰਾਰਤੀ ਬੰਦੇ ਜਾਂ ਕ੍ਰਿਮੀਨਲ ਲੋਕ ਉਹਨਾਂ ਨੂੰ ਚੈੱਕ ਕਰ ਰਹੇ ਸੀਗੇ, ਉਸ ਦੌਰਾਨ CIA ਦੀ ਟੀਮ ਨੇ ਨਾਕੇ ਦੌਰਾਨ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਰੋਕੇ। ਉਸ ਦੇ ਵਿੱਚ ਸੂਰਜ ਕੁਮਾਰ ਏਲੀਅਸ ਨੇਪਾਲੀ ਅਤੇ ਅਜੇ ਕੁਮਾਰ ਏਲੀਅਸ ਕੰਚਨ, ਇਹ 2 ਬੰਦੇ ਨੂੰ ਰੋਕਿਆ ਗਿਆ। ਜਦੋਂ ਇਹਨਾਂ ਦੀ ਗੱਡੀ ਤਲਾਸ਼ੀ ਲਿੱਤੀ ਗਈ, ਉਸ ਦੇ ਵਿੱਚ ਇੱਕ ਸੱਬਲ, ਪੇਚਕਸ ਅਤੇ ਲੱਕੜ ਦੇ ਗੁਟਕੇ ਵਗੈਰਾ ਜਿਹੜੇ ਚੋਰੀ ਕਰਨ ਦੇ ਲਈ ਇਸਤੇਮਾਲ ਹੁੰਦੇ ਨੇ, ਉਹ ਵਿੱਚੋਂ ਪਏ। ਸ਼ੱਕ ਦੇ ਤੌਰ 'ਤੇ ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਅਤੇ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜਾ ਹੈਗਾ ਕਾਫੀ ਚੋਰੀਆਂ ਕੀਤੀਆਂ ਨੇ। ਇਸ ਖਿਲਾਫ਼ ਜਿਹੜਾ ਇਹਨਾਂ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ 2 ਚੋਰੀਆਂ, ਇੱਕ ਅਮਰਗੜ੍ਹ ਦੇ ਵਿੱਚ ਅਤੇ ਇੱਕ ਸਦਰ ਧੂਰੀ ਦੇ ਵਿੱਚ 2 ਚੋਰੀਆਂ ਇਹਨਾਂ ਨੇ ਮੰਨੀਆਂ ਨੇ ਵੀ ਅਸੀਂ ਇੱਥੇ ਕੀਤੀਆਂ ਸੀਗੀਆਂ। ਡਿਟੇਲ ਵਿੱਚ ਪੁੱਛਗਿੱਛ ਕਰਨ ਤੋਂ ਦੱਸਿਆ ਵੀ ਜਿਹੜਾ ਸੂਰਜ ਕੁਮਾਰ ਨੇਪਾਲੀ ਹੈ, ਇਹ ਖਰੜ ਥਾਣੇ ਦਾ ਈਵਨ POV ਹੈ। ਇਹਨਾਂ ਨੇ ਦੇ ਖਿਲਾਫ਼ 17-18 ਮੁਕੱਦਮੇ ਜਿਹੜੇ ਹੈਗੇ ਨੇ ਉਹ ਦਰਜ ਨੇ। ਇਹਨਾਂ ਨੇ ਦੱਸਿਆ ਵੀ ਜਿਹੜਾ ਇਸ ਚੋਰੀਆਂ ਕਰਨ ਤੋਂ ਬਾਅਦ ਜਿਹੜਾ ਹੈਗਾ ਇਹ ਸਾਰਾ ਸਮਾਨ ਜਿਹੜਾ ਹੈਗਾ ਰਾਕੇਸ਼ ਕੁਮਾਰ ਏਲੀਅਸ ਗੋਲੂ ਨੂੰ ਜਿਹੜਾ ਹੈਗਾ ਕੁਛ ਗਹਿਣੇ ਉਹਨੂੰ ਦੇ ਦਿੰਦੇ ਨੇ, ਉਹ ਅੱਗੇ ਵੇਚ ਦਿੰਦਾ ਰਾਕੇਸ਼ ਕੁਮਾਰ ਜਿਹੜਾ, ਇਹਨੂੰ ਵੀ ਅੱਜ ਅਸੀਂ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਕੋਲੋਂ ਸਾਨੂੰ 170 ਗ੍ਰਾਮ ਜਿਹੜਾ ਹੈਗਾ ਸੋਨਾ ਅਤੇ ਚਾਂਦੀ ਦੀਆਂ 2 ਪੰਜੇਬਾਂ ਜਿਹੜੀਆਂ ਉਹ ਮਿਲੀਆਂ ਨੇ। ਚੋਰੀ ਕਰਕੇ ਜਿਹੜਾ ਕੁਛ ਸਮਾਨ ਵੇਚਿਆ ਹੁੰਦਾ, ਉਸ ਤੋਂ ਇਹਨਾਂ ਨੇ ਕੁਛ ਮੋਟਰਸਾਈਕਲ, ਕਾਰਾਂ ਵਗੈਰਾ, ਐਕਟਿਵਾ ਖਰੀਦੀਆਂ। 2 ਮਾਰੂਤੀ ਕਾਰਾਂ ਸਾਨੂੰ ਮਿਲੀਆਂ, 2 ਮੋਟਰਸਾਈਕਲ ਅਤੇ ਐਕਟਿਵਾ ਕਾਰ, 2 ਐਕਟਿਵਾ ਮਿਲੇ ਨੇ ਇਹਨਾਂ ਦਾ। ਅੱਜ ਅਸੀਂ ਪੁਲਿਸ ਰਿਮਾਂਡ ਲਵਾਂਗੇ, ਰਿਮਾਂਡ ਲੈ ਕੇ ਇਹਨਾਂ ਦੀ ਡਿਟੇਲ ਵਿੱਚ ਹੋਰ ਪੁੱਛਾਂਗੇ।